ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਚੰਡੀਗੜ੍ਹ ਵਿੱਚ ਰੀਸੈਂਟਲੀ ਜਿਹੜੀਆਂ 98 ਪੀਜੀਟੀ ਕਾਟਰ ਦੀਆਂ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਨੇ ਇਹ ਜਿਹੜੇ ਫਾਰਮ ਨੇ ਤੁਸੀਂ ਕਦੋਂ ਤੋਂ ਫਿਲ ਕਰ ਸਕਦੇ ਹੋ ਤੁਹਾਡੀ ਯੋਗਤਾ ਜਾਂ ਫਿਰ ਐਲੀਜੀਬਿਲਟੀ ਕੀ ਹੋਵੇਗੀ ਕਿਹੜੇ ਕਿਹੜੇ ਸਰਟੀਫਿਕੇਟ ਇਹਨਾਂ ਦੁਆਰਾ ਮੰਗੇ ਗਏ ਨੇ ਜੇਕਰ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਰੈਗੂਲਰ ਵੈਕੈਂਸੀਜ਼ ਆਈਆਂ ਨੇ ਪੱਕੀਆਂ ਕਹਿ ਸਕਦੇ ਹਾਂ ਸਰਕਾਰੀ ਵੈਕੈਂਸੀਜ਼ ਹੈਗੀਆਂ ਨੇ ਟੀਚਰ ਦੀਆਂ ਪੀਜੀਟੀ ਟੀਚਰ ਦੀ ਮੈਂ ਗੱਲ ਕਰ ਰਿਹਾ ਇਹਨਾਂ ਵੈਕੈਂਸੀਜ਼ ਦੇ ਵਿੱਚ ਤੁਹਾਨੂੰ ਜਿਹੜਾ ਏਜ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਮਿਨਿਮਮ ਤੇ ਮੈਕਸਿਮਮ ਏਜ ਕਿੰਨੀ ਵੇਖਣ ਨੂੰ ਮਿਲੇਗੀ ਆਨਲਾਈਨ ਫਾਰਮ ਫਿਲ ਕਰਦੇ ਟਾਈਮ ਤੁਹਾਡੀ ਜਿਹੜੀ ਏਜ ਹੈਗੀ ਹੈ ਸੌਰੀ ਫੀਸ ਤੁਹਾਡੇ ਤੋਂ ਕਿੰਨੀ ਫੀਸ ਚਾਰਜ ਕੀਤੀ ਜਾਵੇਗੀ ਇਹਨਾਂ ਦੁਆਰਾ ਐਂਡ ਹੋਰ ਵੀ ਜਿੰਨੀਆਂ ਵੀ ਗੱਲਾਂ ਹੈਗੀਆਂ ਨੇ ਆਪ ਪਾਸਾਰੀਆਂ ਗੱਲਾਂ ਨੂੰ ਇਸ ਵੀਡੀਓ ਵਿੱਚ ਡਿਸਕਸ਼ਨ ਵੀਡੀਓ ਵਿੱਚ ਡਿਸਕਸ ਕਰਾਂਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਵੇਖਣਾ ਹੈ ਤਾਂ ਕਿ ਤੁਹਾਡੇ ਜਿੰਨੇ ਵੀ ਡਾਊਟਸ ਹੈਗੇ ਨੇ ਜੀ ਸਾਰੇ ਡਾਊਟਸ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਣਾ ਹੈ ਐਂਡ ਆਪਣੇ ਇਸ ਚੈਨਲ ਤੇ ਜਿਹਦਾ ਨਾਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਸਾਰੀਆਂ ਅਪਡੇਟਸ ਤੇ ਜਾਣਕਾਰੀ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਐਂਡ ਇਸ ਜਿਹੜੀ ਪੀਡੀਐਫ ਹੈਗੀ ਆ ਜਿਹੜੇ ਆਪਾਂ ਰਿਕਰੂਟਮੈਂਟ ਦੀ ਗੱਲ ਕਰ ਰਹੇ ਹਾਂ ਇਸ ਰਿਕਰੂਟਮੈਂਟ ਦੀ ਪੀਡੀਐਫ ਨੂੰ ਵੀ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਸ਼ੇਅਰ ਕਰ ਦੂੰਗਾ ਆਪਣੇ ਟੈਲੀਗ੍ਰam ਚੈਨਲ ਦਾ ਨਾਮ ਹੈਗਾ ਜੀ ਡੋਰਸਟਪ ਐਜੂਕੇਸ਼ਨ ਪੁਆਇੰਟ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਆਪਣੀ ਵੀਡੀਓ ਦੀ ਵੱਖ-ਵੱਖ ਵਿਸ਼ਿਆਂ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਕੇਂਦਰ ਸਰਕਾਰ ਦੀ ਆਪਾਂ ਗੱਲ ਕਰ ਸਕਦੇ ਹਾਂ ਕਿ ਕੇਂਦਰ ਸਰਕਾਰ ਕਿਉਂਕਿ ਉੱਥੇ ਕੀ ਹੈ ਜੀ ਯੂਨੀਅਨ ਟੈਟਰੀ ਹੈ ਸੋ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈਗਾ ਯਾ ਸਕੂਲ ਦੇ ਪ੍ਰਸ਼ਾਸਨ ਦੀ ਜੇ ਆਪਾਂ ਗੱਲ ਕਰੀਏ ਤੇ 98 ਵੈਕੈਂਸੀਜ਼ ਉਹਨਾਂ ਦੁਆਰਾ ਜਾਰੀ ਕੀਤੀਆਂ ਗਈਆਂ ਨੇ ਵੱਖ-ਵੱਖ ਸਬਜੈਕਟਸ ਨੇ ਜੀ ਕਿਹੜੇ-ਕਿਹੜੇ ਸਬਜੈਕਟਸ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਫਾਰਮ ਕਦੋਂ ਤੋਂ ਓਪਨ ਹੋਣਗੇ ਕਦੋਂ ਤੋਂ ਅਪਲਾਈ ਕਰ ਸਕਦੇ ਹਾਂ ਇਹਦੀ ਗੱਲ ਵੀ ਆਪਾਂ ਕਰਾਂਗੇ ਬਟ ਮੇਰੀ ਗੱਲ ਸੁਣ ਲਓ ਇਹਦੇ ਵਿੱਚ ਤੁਹਾਨੂੰ ਬਾਇਓਲੋਜੀ, ਕੈਮਿਸਟਰੀ, ਇਕਨੋਮਿਕਸ, ਇੰਗਲਿਸ਼, ਜੀਓਗ੍ਰਾਫੀ, ਹਿੰਦੀ, ਹਿਸਟਰੀ, ਹੋਮ ਸਾਇੰਸ, ਮੈਥਮੈਟਿਕਸ, 뮤ਜ਼ਿਕ, ਫਿਜ਼ੀਕਲ ਐਜੂਕੇਸ਼ਨ, ਫਿਜ਼ਿਕਸ ਪੋਲੀਟੀਕਲ ਸਾਇੰਸ ਪੰਜਾਬੀ ਸੰਸਕ੍ਰਿਤ ਸੋਸ਼ੀਓਲੋਜੀ ਕਾਫੀ ਸਾਰੇ ਕੈਂਡੀਡੇਟ ਅਹੋਜੇ ਹੁੰਦੇ ਨੇ ਜਿਹੜੇ ਕਿ ਕਹਿੰਦੇ ਨੇ ਕਿ ਸਰ ਅਸੀਂ ਪੰਜਾਬੀ ਦੀ ਐਮਏ ਕਰੀ ਬੈਠੇ ਆਂ ਤੇ ਸਾਡਾ ਫਾਇਦਾ ਕੀ ਆ ਕਿਉਂਕਿ ਵੈਕੈਂਸੀਸ ਤਾਂ ਆ ਨਹੀਂ ਰਹੀਆਂ ਸੋ ਇਹ ਵੇਖੋ ਇਸ ਤਰ੍ਹਾਂ ਦੇ ਜਿੰਨੇ ਵੀ ਸਬਜੈਕਟ ਹੈਗੇ ਸੋਸ਼ੀਓਲੋਜੀ ਹੈਗੀ ਜਿਵੇਂ ਕਿ ਸੋਸ਼ੀਓਲੋਜੀ ਸਬਜੈਕਟ ਹੈਗਾ ਆ ਇਨਾ ਵੈਕੈਂਸੀਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਮੈਂ ਸਾਰੀਆਂ ਵੈਕੈਂਸੀਸ ਮੈਂ ਇੱਕ ਵਾਰ ਬੋਲ ਕੇ ਵੀ ਦੱਸ ਦਿਤੀਆਂ ਕਿ ਕਿਹੜੇ ਕਿਹੜੇ ਵਿਸ਼ੇ ਦੀ ਲਗਭਗ ਕਹਿ ਸਕਦੇ ਆ ਸਾਰੇ ਵਿਸ਼ਿਆਂ ਦੀਆਂ ਜਿਹੜੀਆਂ ਵੈਕੈਂਸੀਸ ਨੇ ਇਹਦੇ ਵਿੱਚ ਹੈਗੀਆਂ ਨੇ ਕਿੰਨੀਆਂ ਕਿ ਅ ਚੈਨਲ ਤੇ ਜਿਹੜੀ ਪੀਡੀਐਫ ਸ਼ੇਅਰ ਕੀਤੀ ਜਾਊਗੀ ਉੱਤੇ ਤੁਸੀਂ ਵੇਖ ਲਿਓ ਬਟ ਮੈਂ ਫੇਰ ਵੀ ਇੱਕ ਵਾਰ ਰਿਪੀਟ ਕਰ ਦਿੰਨਾ ਬਾਇਓਲੋਜੀ ਦੀਆਂ ਹੈਗੀਆਂ 5 ਵੈਕੈਂਸੀਜ਼ ਕੈਮਿਸਟਰੀ ਦੀਆਂ 6 ਇਕਨੋਮਿਕਸ ਦੀਆਂ 2 ਇੰਗਲਿਸ਼ ਦੀਆਂ ਹੈਗੀਆਂ ਜੀ 23 ਇੰਗਲਿਸ਼ ਵਾਲੇ ਜਿਹੜੇ ਹੈਗੇ ਨੇ ਸਾਥੀ ਜਿਨ੍ਹਾਂ ਨੇ ਮਾਸਟਰਸ ਆਫ ਇੰਗਲਿਸ਼ ਕੀਤੀ ਹੋਈ ਆ ਉਹਨਾਂ ਲਈ ਬਹੁਤ ਵਧੀਆ ਮੌਕਾ ਤੇ ਜੀਓਗ੍ਰਾਫੀ ਦੀਆਂ 3 ਵੈਕੈਂਸੀਜ਼ ਨੇ ਹਿੰਦੀ ਦੀਆਂ 10 ਨੇ ਹਿਸਟਰੀ ਦੀਆਂ 4 ਨੇ ਹੋਮ ਸਾਇੰਸ ਦੀਆਂ 3 ਨੇ ਮੈਥਮੈਟਿਕਸ ਦੀਆਂ 4 ਮਿਊਜ਼ਿਕ ਦੀਆਂ ਮਿਊਜ਼ਿਕ ਦੀਆਂ ਵੀ 4 ਹੈਗੀਆਂ ਨੇ ਮਿਊਜ਼ਿਕ ਦੀਆਂ ਸੌਰੀ 2 ਤੇ ਫਿਜ਼ੀਕਲ ਐਜੂਕੇਸ਼ਨ ਦੀਆਂ 6 ਫਿਜ਼ਿਕਸ ਦੀਆਂ 7 ਪੋਲੀਟੀਕਲ ਸਾਇੰਸ ਦੀਆਂ 9 ਪੰਜਾਬੀ ਦੀਆਂ 7 ਸੰਸਕ੍ਰਿਤ ਦੀਆਂ 2 ਸੋਸ਼ੀਓਲੋਜੀ ਦੀਆਂ 5 ਸੋ ਕੁੱਲ ਮਿਲਾ ਕੇ ਬਣ ਜਾਂਦੀਆਂ ਨੇ ਜੀ 98 ਵੈਕੈਂਸੀਜ਼ ਪੀਜੀਟੀ ਕਾਡਰ ਦੀਆਂ ਤੇ ਲੈਕਚਰਾਰ ਦੀਆਂ ਕਹਿ ਸਕਦੇ ਆ ਲੈਕਚਰਾਰ ਦੀਆਂ ਵੈਕੈਂਸੀਜ਼ ਨੇ ਇਹਦੀ ਯੋਗਤਾ ਕੀ ਹੋਵੇਗੀ ਕੀ ਸੀਟੈਡ ਚਾਹੀਦਾ ਆ ਬਿਲਕੁਲ ਨਹੀਂ ਜਿਹੜੀਆਂ ਲੈਕਚਰਾਰ بیس ਵੈਕੈਂਸੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪੀਜੀਟੀ ਵੈਕੈਂਸੀਜ਼ ਹੁੰਦੀਆਂ ਨੇ ਇਹਦੇ ਵਿੱਚ ਸੀਟੈਡ ਦੀ ਕੋਈ ਡਿਮਾਂਡ ਨਹੀਂ ਹੁੰਦੀ ਸੀਟੈਡ ਰਿਕੁਆਇਰਡ ਨਹੀਂ ਹੈਗਾ ਸੋ ਜਿਨ੍ਹਾਂ ਸਾਥੀਆਂ ਨੇ ਬੀਐਡ ਕੀਤੀ ਹੋਵੇ ਤੇ ਗ੍ਰੈਜੂਏਸ਼ਨ ਕੀਤੀ ਹੋਵੇ ਓਬਵੀਅਸ ਜੀ ਗੱਲ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਜਿਨ੍ਹਾਂ ਨੇ ਬੀਏਡ ਕੀਤੀ ਉਹਨਾਂ ਨੇ ਗ੍ਰੈਜੂਏਸ਼ਨ ਤਾਂ ਕੀਤੀ ਹੋਣੀ ਆ ਬੀਏਡ ਦੇ ਨਾਲ ਤੁਸੀਂ ਮਾਸਟਰਸ ਕੀਤੀ ਹੋਵੇ ਐਮਏ ਕਹਿ ਲਓ ਐਮਐਸਸੀ ਕਹਿ ਲਓ ਜਾਂ ਫਿਰ ਐਮਕਾਮ ਵਗੈਰਾ ਜੇ ਇਹਦੀਆਂ ਵੈਕੈਂਸੀਸ ਹੈਗੀਆਂ ਆ ਕਮਰਸ ਦਿੱਤਾ ਚਲੋ ਕੋਈ ਹੈ ਨਹੀਂ ਬਟ ਵੈਸੇ ਗੱਲ ਕਰ ਰਹੇ ਆ ਕਿ ਮਾਸਟਰਸ ਕੀਤੀ ਹੋਵੇ ਵੈਸੇ ਇਸ ਇਹ ਗੱਲ ਜ਼ਰੂਰੀ ਹੈ ਕਿ ਬੀਐਡ ਵਿੱਚ ਵੀ ਉਹ ਵਿਸ਼ਾ ਪੜਿਆ ਹੋਵੇ ਬਿਲਕੁਲ ਨਹੀਂ ਉਹਨਾਂ ਨੇ ਜਸਟ ਇੰਨੀ ਗੱਲ ਕਹੀ ਹੈ ਕਿ ਉਸ ਸਪੈਸੀਫਿਕ ਸਬਜੈਕਟ ਵਿੱਚ ਐਮਏ ਕੀਤੀ ਹੋਵੇ ਜਾਂ ਐਮਐਸਸੀ ਕੀਤੀ ਹੋਵੇ ਤੇ ਨਾਲ ਬੀਐਡ ਕੀਤੀ ਹੋਵੇ ਬੀਐਡ ਜਿਵੇਂ ਆਪਣੇ ਪੰਜਾਬ ਵਿੱਚ ਹੁੰਦਾ ਆ ਕਿ ਤੁਸੀਂ ਟੀਚਿੰਗ ਆਫ ਪੰਜਾਬੀ ਜਾਂ ਫਿਰ ਕਹਿ ਸਕਦੇ ਆ ਚਲੋ ਲੈਂਗੁਏਜ ਵਾਲੇ ਵਿਸ਼ਿਆਂ ਦੇ ਵਿੱਚ ਤਾਂ ਤੁਸੀਂ ਉਹਦੇ ਹੀ ਮਾਸਟਰ ਕਰਦੇ ਹੋ ਜਿਹੜਾ ਵਿਸ਼ਾ ਤੁਸੀਂ ਬੀਐਡ ਵਿੱਚ ਪੜਿਆ ਹੁੰਦਾ ਜਾਂ ਫਿਰ ਕੰਬੀਨੇਸ਼ਨ ਇਸ ਤਰ੍ਹਾਂ ਦਾ ਬਣਦਾ ਆ ਬਟ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਟੀਚਿੰਗ ਆਫ ਇਕਨੋਮਿਕਸ ਜੀ ਨਾ ਪੜਿਆ ਹੋਵੇ ਤੇ ਪੰਜਾਬ ਵਿੱਚ ਤੁਸੀਂ ਇਕਨੋਮਿਕਸ ਜੇ ਇਕਨੋਮਿਕਸ ਆ ਟੀਚਿੰਗ ਆਫ ਇਕਨੋਮਿਕਸ ਪੜਿਆ ਫੇਰ ਹੀ ਤੁਸੀਂ ਇਕਨੋਮਿਕਸ ਦੇ ਟੀਚਰ ਲੱਗ ਸਕਦੇ ਹੋ ਬਟ ਇਹਨਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਲੈਕਚਰਰ ਆਰ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਬੀਐਡ ਵਿੱਚ ਕੋਈ ਵੀ ਸਬਜੈਕਟ ਪੜੇ ਹੋਣ ਤੇ ਉਹਦੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇੰਨੀ ਗੱਲ ਤੁਸੀਂ ਸਮਝ ਗਏ ਹੋਣੇ ਆ ਇਸ ਤੋਂ ਬਾਅਦ ਆਪਾਂ ਯੋਗਤਾ ਦੀ ਗੱਲ ਕਰਦੇ ਆ ਯੋਗਤਾ ਬਾਰੇ ਮੈਂ ਤੁਹਾਨੂੰ ਦੱਸਦਾ ਬੀਐਡ ਕੀਤੀ ਹੋਵੇ ਤੇ ਤੁਹਾਡੇ ਮਾਸਟਰਸ ਦੇ ਵਿੱਚ ਕਿੰਨੇ ਨੰਬਰ ਹੋਣੇ ਚਾਹੀਦੇ ਆ ਘੱਟੋ ਘੱਟ 50% ਜਿਹੜੇ ਨੰਬਰ ਨੇ ਜੀ ਉਹ ਹੋਣੇ ਚਾਹੀਦੇ ਆ ਆਬਵੀਅਸ ਜੀ ਗੱਲ ਆ ਜਨਰਲ ਕੈਟਾਗਰੀ ਵਾਲੇ ਜੇਕਰ 50% ਉਹਨਾਂ ਨੂੰ ਮਿਲ ਰਿਹਾ ਤੇ ਜਿਹੜੇ ਕੈਟਾਗਰੀ ਵਾਲੇ ਸਟੂਡੈਂਟ ਹੋਣਗੇ ਉਹਨਾਂ ਨੂੰ ਵੀ 5% ਦੀ ਰਿਲੈਕਸੇਸ਼ਨ ਵੇਖਣ ਨੂੰ ਮਿਲੂਗੀ ਤੇ ਆਪਾਂ ਗੱਲ ਕਰਦੇ ਆ ਕਿ ਆਨਲਾਈਨ ਅਪਲੀਕੇਸ਼ਨ ਜਿਹੜਾ ਹੋਊਗਾ ਉਹ ਕਦੋਂ ਤੋਂ ਅਪਨ ਹੋਣਗੇ ਆਨਲਾਈਨ ਫਾਰਮ ਤੁਸੀਂ ਕਦੋਂ ਤੋਂ ਫਿਲ ਕਰ ਸਕਦੇ ਹੋ ਪੋਰਟਲ ਜਿਹੜਾ ਹੈਗਾ ਇਹਨਾਂ ਵੱਲੋਂ ਕਦੋਂ ਤੋਂ ਓਪਨ ਕੀਤਾ ਜਾਣਾ ਹੈ ਤੇ ਸਿਲੈਕਸ਼ਨ ਪ੍ਰੋਸੈਸ ਕੀ ਹੈ ਕਿ ਤੁਹਾਨੂੰ ਜੌਬ ਕਿਹੜੇ ਆਧਾਰ ਤੇ ਮਿਲਣੀ ਆ ਕੀ ਕੋਈ ਟੈਸਟ ਵੀ ਪਾਸ ਕਰਨਾ ਪੈਣਾ ਆ ਬਿਲਕੁਲ ਇੱਕ ਟੈਸਟ ਲਿਆ ਜਾਊਗਾ ਜੀ 150 ਨੰਬਰ ਦਾ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿੰਨਾ ਕਿ ਜਿਹੜੇ ਐਪਲੀਕੇਸ਼ਨ ਹੈਗੀ ਆ ਐਪਲੀਕੇਸ਼ਨ ਦੀ ਆਪਾਂ ਗੱਲ ਕਰਦੇ ਆ ਤੇ 25 ਅਕਤੂਬਰ 2023 ਵਿੱਚ ਅੱਜ ਕਿੰਨੀ ਤਰੀਕ ਹੈਗੀ ਆ ਜੀ ਅੱਜ 17 ਅਕਤੂਬਰ ਹੈ ਤੇ 25 ਅਕਤੂਬਰ ਨੂੰ 25 ਅਕਤੂਬਰ 2023 ਵਿੱਚ ਜਿਹੜਾ ਆਨਲਾਈਨ ਪੋਰਟਲ ਹੈਗਾ ਜੀ ਇਹ ਓਪਨ ਕਰ ਦਿੱਤਾ ਜਾਏਗਾ 25 ਦਾ ਚਲੋ ਨਾ ਵੀ ਓਪਨ ਕਰਨ ਕਈ ਵਾਰ ਹੁੰਦਾ ਕਿ ਡਿਲੇ ਕਰ ਦਿੰਦੇ ਹੁੰਦੇ ਆ 25 इवन 26 ਤੱਕ ਕਹਿ ਸਕਦੇ ਆ ਕਿ 26 ਤੱਕ ਇਹਨਾਂ ਨੇ ਪੋਰਟਲ ਓਪਨ ਕਰ ਦੇਣਾ ਆ ਕਲੋਜ਼ਿੰਗ ਡੇਟ ਕਦੋਂ ਹੈ ਜੀ ਮਤਲਬ ਕਿ ਰਜਿਸਟ੍ਰੇਸ਼ਨ ਦੀ ਲਾਸਟ ਡੇਟ ਕਦੋਂ ਹੈ ਜੇ ਆਪਾਂ ਲਾਸਟ ਡੇਟ ਦੀ ਗੱਲ ਕਰਦੇ ਆ ਤੇ ਲਾਸਟ ਡੇਟ ਹੈਗੀ ਹੈ ਜੀ 16 11 2023 16 ਨਵੰਬਰ ਦੀ ਇੱਥੇ ਗੱਲ ਕੀਤੀ ਆ 16 ਨਵੰਬਰ ਹੈਗੀ ਹੈ ਜੀ ਲਾਸਟ ਡੇਟ ਤੇ ਆਨਲਾਈਨ ਫੀਸ ਡਿਪੋਜ਼ਿਟ ਕਰਨ ਦੀ ਜਿਹੜੀ ਹੈਗੀ ਹੈ ਜੀ ਉਹ ਹੈਗੀ ਆ 20 ਤਰੀਕ 20 ਨਵੰਬਰ ਦੀ ਜੇ ਆਪਾਂ ਗੱਲ ਕਰਦੇ ਆ ਕਿ 20 ਨਵੰਬਰ ਹੈਗੀ ਹੈ ਲਾਸਟ ਡੇਟ ਵੈਕੈਂਸੀਜ਼ ਦੀ ਆਪਾਂ ਗੱਲ ਕਰ ਲਈ ਆ ਟੋਟਲ ਵੈਕੈਂਸੀਜ਼ ਕਿੰਨੀਆਂ ਜੀ ਕਿੰਨੀਆਂ ਨੇ ਟੋਟਲ ਵੈਕੈਂਸੀਜ਼ ਹੈਗੀਆਂ ਨੇ ਜੀ ਲਗਭਗ 98 ਸਟਾਰਟਿੰਗ ਡੇਟ ਮੈਂ ਦੱਸਦੀ ਤੁਹਾਨੂੰ ਤੇ ਇਹਦੇ ਲਈ ਹੋਰ ਕੀ ਚਾਹੀਦਾ ਸਿਕਾ ਯੋਗਤਾ ਦੀ ਵੀ ਗੱਲ ਆਪਾਂ ਕਰ ਲਈ ਆ ਬੀਐਡ ਕੀਤੀ ਹੋਵੇ ਬੀਐਡ ਦੇ ਨਾਲ ਕਹਿ ਸਕਦੇ ਆ ਕਿ ਤੁਸੀਂ ਮਾਸਟਰਸ ਕੀਤੀ ਹੋਵੇ ਇੰਨੀਆਂ ਗੱਲਾਂ ਤੁਸੀਂ ਸਮਝ ਕੇ ਹੋਣੇ ਆ ਤੇ ਪ੍ਰੋਸੈਸ ਕੀ ਆ ਸਿਲੈਕਸ਼ਨ ਕਿਵੇਂ ਕੀਤੀ ਜਾਣੀ ਆ ਸਿਲੈਕਸ਼ਨ ਦੇ ਵਿੱਚ ਕੀ ਕੋਈ ਇੰਟਰਵਿਊ ਹੈਗੀ ਆ ਬਿਲਕੁਲ ਨਹੀਂ ਕੋਈ ਇੰਟਰਵਿਊ ਨਹੀਂ ਹੈਗੀ ਸੋ ਤੁਹਾਨੂੰ ਮੈਂ ਕਹਿ ਰਿਹਾ ਵੀ ਇਹ ਬੜਾ ਵਧੀਆ ਮੌਕਾ ਆ ਜਿਨ੍ਹਾਂ ਸਾਥੀਆਂ ਨੇ ਪੀਐਸਟ ਦੀ ਪ੍ਰੀਖਿਆ ਨਹੀਂ ਪਾਸ ਕੀਤੀ ਸੀ ਡੀਐਡ ਦੀ ਪ੍ਰੀਖਿਆ ਨਹੀਂ ਪਾਸ ਕੀਤੀ ਮਾਸਟਰਸ ਕੀਤੀ ਹੋਈ ਹੈ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਆ ਜੀ ਜਾਣ ਲਗਾ ਕੇ ਦਿਨ ਰਾਤ ਇੱਕ ਕਰਕੇ ਇਸ ਪ੍ਰੀਖਿਆ ਦੀ ਤਿਆਰੀ ਕਰ ਲੋ ਤੇ ਅੱਗੇ ਵੇਖੋ ਆਪਾਂ ਗੱਲ ਕਰ ਰਹੇ ਸੀਗੇ ਕਿ ਸਿਲੈਕਸ਼ਨ ਪ੍ਰੋਸੈਸ ਕੀ ਹੈ ਸਿਲੈਕਸ਼ਨ ਜਿਹੜਾ ਤੁਹਾਡਾ ਹੋਊਗਾ ਸਿਲੈਕਸ਼ਨ ਪ੍ਰੋਸੈਸ ਜਿਹੜਾ ਹੈ ਇੱਕ ਟੈਸਟ ਲਿਆ ਜਾਣਾ ਆ ਕਿੰਨੇ ਨੰਬਰਾਂ ਦਾ 150 ਨੰਬਰ ਦਾ ਇਹਨਾਂ 150 ਦੇ ਵਿੱਚੋਂ ਵੀ ਆਪਾਂ ਆਪਾਂ ਨੂੰ ਜਿਹੜੀ ਗੱਲ ਵੇਖਣ ਨੂੰ ਮਿਲਦੀ ਹੈ 50 ਨੰਬਰ ਦਾ ਤੇ ਕਾਮਨ ਜャ ਪੇਪਰ ਹੋਣਾ ਆ ਜਿਹਦੇ ਵਿੱਚ ਤੁਹਾਨੂੰ ਲੈਂਗੁਏਜ ਦੇ ਨਾਲ ਨਾਲ ਕੁਝ ਜਰਨਲ ਜਿਹੜੀ ਐਬਿਲਿਟੀ ਹੁੰਦੀ ਆ ਰੀਜ਼ਨਿੰਗ ਐਬਿਲਿਟੀ ਹੁੰਦੀ ਆ ਉਹ ਵੀ ਮੈਂ ਦੱਸ ਦਿੰਨਾ ਆ ਡਿਟੇਲ ਵਿੱਚ ਵੀ ਥੋੜਾ ਜਿਹਾ ਤੇ ਕੁਝ ਲੈਂਗੁਏਜ ਹਿੰਦੀ ਪੰਜਾਬੀ ਇੰਗਲਿਸ਼ ਦੇ ਜਿਹੜੇ ਵਿਸ਼ਾ ਹੈਗੇ ਉਹਦੇ ਵਿੱਚ ਵੀ 14 ਕ ਨੰਬਰਾਂ ਦਾ ਜਿਹੜਾ ਪੇਪਰ ਹੈਗਾ ਜੀ ਉਹ ਵੇਖਣ ਨੂੰ ਮਿਲੇਗਾ ਬਟ ਜਿਹੜਾ 100 ਨੰਬਰ ਹੋ ਗਿਆ ਆ ਜਿਹੜਾ 100 ਨੰਬਰ ਆ ਨਾ ਇਹਦੇ ਵਿੱਚ ਤੁਹਾਨੂੰ ਸਬਜੈਕਟ ਤੋਂ ਸੰਬੰਧਿਤ ਕੁਐਸਚਨ ਪੁੱਛੇ ਜਾਣੇ ਆ ਸਬਜੈਕਟ ਦਾ ਜਿਵੇਂ ਮੰਨ ਲਓ ਤੁਸੀਂ ਬਾਇਓਲੋਜੀ ਆ ਪੋਲਿਟੀਕਲ ਸਾਇੰਸ ਫਿਜ਼ਿਕਸ ਕੈਮਿਸਟਰੀ ਕੋਈ ਵੀ ਵਿਸ਼ਾ ਹੋ ਸਕਦਾ ਜਿਹਦੇ ਲਈ ਅਪਲਾਈ ਕਰ ਰਹੇ ਹੋ ਜਿਹਦੇ ਤੁਸੀਂ ਮਾਸਟਰਸ ਕੀਤੀ ਹੋਣੀ ਆ ਤੇ ਉਹਦੇ ਵਿੱਚ ਤੁਹਾਡੇ ਕੋਲ ਜਿਹੜਾ ਸਬਜੈਕਟ ਹੈਗਾ ਆ ਸਬਜੈਕਟ ਦੀ ਰਿਲੇਟਡ ਸਬਜੈਕਟ ਤੋਂ ਸੰਬੰਧਿਤ ਕੁਐਸਚਨ ਤੁਹਾਡੇ ਤੋਂ ਪੁੱਛੇ ਜਾਣਗੇ 100 ਕੀ ਕੋਈ 네ਗੇਟਿਵ ਮਾਰਕਿੰਗ ਹੈਗੀ ਆ ਬਿਲਕੁਲ 네ਗੇਟਿਵ ਮਾਰਕਿੰਗ ਵੀ ਤੁਹਾਨੂੰ ਇੱਥੇ ਵੇਖਣ ਨੂੰ ਮਿਲਦੀ ਆ ਥੋੜਾ ਜਿਹਾ ਮੈਂ ਸਿਲੇਬਸ ਦੀ ਜੇ ਮੈਂ ਗੱਲ ਕਰਾਂ ਤੇ ਸਿਲੇਬਸ ਦੇ ਵਿੱਚ ਜਿਹੜਾ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਆ ਜਿਹੜਾ 50 ਨੰਬਰ ਵਾਲਾ ਪੋਰਸ਼ਨ 100 ਨੰਬਰ ਵਾਲੇ ਪੋਰਚਾਂ ਦੀ ਤਾਂ ਮੈਂ ਗੱਲ ਤੁਹਾਨੂੰ ਸਮਝਾ ਦਿੱਤੀ ਆ ਕਿ ਇਹਦੇ ਵਿੱਚ ਤੁਹਾਡੇ ਤੋਂ ਸਬਜੈਕਟ ਤੋਂ ਸੰਬੰਧਿਤ ਕੁਐਸਚਨ ਪੁੱਛੇ ਜਾਣਗੇ 네ਗੇਟਿਵ ਮਾਰਕਿੰਗ ਹੈਗੀ ਆ 150 ਨੰਬਰ ਦਾ ਪੇਪਰ ਹੋਊਗਾ ਤੇ 40% ਜਿਹੜੇ ਨੰਬਰ ਨੇ ਇਹਦੇ ਵਿੱਚੋਂ ਵੀ ਲੈਣੇ ਪੈਣਗੇ ਇਹਦੇ ਵਿੱਚੋਂ ਵੀ ਲੈਣੇ ਪੈਣਗੇ 50 ਨੰਬਰ ਵਾਲਾ ਜਿਹੜਾ ਪੇਪਰ ਹੈਗਾ ਆ ਇਹਨੂੰ ਆਪਾਂ ਸੈਕਸ਼ਨ A ਵਿੱਚ ਵੰਡਦੇ ਆ ਤੇ 100 ਨੰਬਰ ਵਾਲਾ ਜਿਹੜਾ ਪੇਪਰ ਆ ਇਹਨੂੰ ਆਪਾਂ ਸੈਕਸ਼ਨ B ਕਹਿੰਦੇ ਆ ਗੱਲ ਸਮਝ ਗਈ ਹੋਣੀ ਆ ਤੁਸੀਂ ਤੇ ਇਹਦੇ ਵਿੱਚ ਵੀ 50 ਨੰਬਰ ਵਾਲਾ ਜਿਹੜਾ ਪੇਪਰ ਹੈਗਾ ਆ 12 ਨੰਬਰ ਦੀ ਜਰਨਲ ਅਵੇਅਰਨੈਸ ਤੇ ਰੀਜ਼ਨਿੰਗ ਆਊ ਇਹਦੇ ਵਿੱਚ ਕੁਝ ਵੀ ਪੁੱਛਿਆ ਜਾ ਸਕਦਾ ਰੀਜ਼ਨਿੰਗ ਵੀ ਪੁੱਛੀ ਜਾ ਸਕਦੀ ਹੈ ਜਨਰਲ ਅਵੇਅਰਨੈਸ ਵੀ ਹੋਊਗੀ ਕਰੰਟ ਅਫੇਅਰ ਤੋਂ ਕੁਐਸਚਨ ਹੋ ਸਕਦੇ ਆ ਜੀਕੇ ਦੇ ਪ੍ਰਸ਼ਨ ਹੋ ਸਕਦੇ ਆ ਉਸ ਤੋਂ ਬਾਅਦ ਆਈਸੀਟੀ ਕੰਪਿਊਟਰ ਦੀ ਆਪਾਂ ਗੱਲ ਕਰਦੇ ਆ 12 ਨੰਬਰਾਂ ਤੋਂ ਬਾਅਦ 12 ਨੰਬਰਾਂ ਦੀ ਇਹਦੇ ਵਿੱਚ ਕੰਪਿਊਟਰ ਦੇ ਨੰਬਰ ਤੁਹਾਨੂੰ ਵੇਖਣ ਨੂੰ ਮਿਲਣਗੇ ਅਰਥਮੈਟਿਕ ਮੈਥ ਕਹਿ ਸਕਦੇ ਹੋ ਤੁਸੀਂ ਥੋੜਾ ਬਹੁਤ ਜਿਹੜਾ ਮੈਥ ਹੋਊਗਾ ਅਰਥਮੈਟਿਕ ਐਂਡ ਨੰਮਰਿਕਲ ਅਬਿਲਟੀ ਦੇ ਵੀ ਇੱਥੇ 12 ਕੁਐਸਚਨ ਹੋਣਗੇ 12 12 12 ਤੁਸੀਂ ਐਡ ਕਰ ਲਿਓ ਇਸ ਤੋਂ ਬਾਅਦ ਆ ਗਿਆ ਜੀ 14 ਨੰਬਰ 14 ਨੰਬਰਾਂ ਦਾ ਤੁਹਾਨੂੰ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਦੇ ਜਿਹੜੇ ਕੁਸ਼ਚਨ ਨੇ ਜੀ ਇਹਦੇ ਵਿੱਚ ਕੰਪਰੀਹੈਂਸ਼ਨ ਹੋਣਗੇ ਜਿਵੇਂ ਕਿ 5 ਨੰਬਰ ਦੀ ਅੰਗਰੇਜ਼ੀ 4 ਨੰਬਰ ਦੀ ਪੰਜਾਬੀ ਤੇ 5 ਨੰਬਰ ਦੀ ਹਿੰਦੀ ਮਤਲਬ ਕੁੱਲ ਮਿਲਾ ਕੇ ਕਿੰਨੇ ਹੋਗੇ ਜੀ 14 ਨੰਬਰ ਹੋਗੇ ਤੇ ਇਹਨਾਂ ਤੋਂ ਤੁਸੀਂ ਸਾਰਿਆਂ ਨੂੰ ਐਡ ਕਰ ਲਿਓ ਇਹ ਬਣ ਜਾਣੇ ਆ ਜੀ 50 ਨੰਬਰ ਤੇ 100 ਨੰਬਰ ਦਾ ਮੈਂ ਤੁਹਾਨੂੰ ਦੱਸ ਦੱਸ ਸਕਾਂ ਜੀ ਕਿ ਇਹ ਸਬਜੈਕਟ ਤੋਂ ਸੰਬੰਧਿਤ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਣੇ ਆ ਨੇਗੇਟਿਵ ਮਾਰਕਿੰਗ ਹੈਗੀ ਆ 0.25 ਨੰਬਰ ਹਰੇਕ ਗਲਤ ਕੁਐਸਚਨ ਦੇ ਕੱਟੇ ਜਾਣੇ ਆ ਇੰਟਰਵਿਊ ਕੋਈ ਨਹੀਂ ਹੈਗੀ ਤੇ ਇਹਦੇ ਵਿੱਚ ਇੱਕ ਮੈਂ ਜ਼ਰੂਰੀ ਗੱਲ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਹਨਾਂ ਦੋਨਾਂ ਵਿੱਚੋਂ 40 40 ਪ੍ਰਤੀਸ਼ਤ ਨੰਬਰ ਲੈਣੇ ਲਾਜ਼ਮੀ ਹੈਗੇ ਆ ਜੇ ਇਹਦੇ ਵਿੱਚੋਂ ਤੁਹਾਡੇ 40 ਪ੍ਰਤੀਸ਼ਤ ਨੰਬਰ ਨਹੀਂ ਆਉਂਦੇ ਪੰਜਾਹ ਦਾ ਤੁਸੀਂ ਵੇਖ ਲਓ 40 ਪ੍ਰਤੀਸ਼ਤ ਕਿੰਨੇ ਹੁੰਦੇ ਆ ਤੇ 100 ਦਾ ਵੇਖ ਲਓ 40 ਪ੍ਰਤੀਸ਼ਤ ਕਿੰਨੇ ਹੁੰਦੇ ਆ ਸੋ ਇਹਦਾ ਤਾਂ 40 ਦੇ 40 ਬਣ ਗਏ ਪੰਜਾਹ ਦਾ ਤੁਸੀਂ ਆਪਣੇ ਆਪ ਹੀ ਕੈਲਕੂਲੇਸ਼ਨ ਕਰ ਲਿਓ ਸੋ 40 ਪ੍ਰਤੀਸ਼ਤ ਪਾਸਿੰਗ ਮਾਸ ਦੀ ਮੈਂ ਗੱਲ ਕਰ ਰਿਹਾ ਕਿ ਇੰਨੇ ਨੰਬਰ ਤਾਂ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆ ਕਿ ਮੈਰਿਟ ਲਿਸਟ ਵਿੱਚ ਆਉਣ ਵਾਲਾ ਜਿਹੜਾ ਸਟੂਡੈਂਟ ਹੈਗਾ ਜੀ ਕੈਂਡੀਡੇਟ ਹੈਗਾ ਆ ਉਹਨੂੰ ਹੀ ਸਿਲੈਕਸ਼ਨ ਮਿਲਣੀ ਆ ਏਜ ਗਰੁੱਪ ਦੀ ਵੀ ਤੁਸੀਂ ਗੱਲ ਸਮਝ ਲਓ ਇੱਕ ਵਾਰ ਏਜ ਗਰੁੱਪ ਦੀ ਜੇਕਰ ਆਪਾਂ ਗੱਲ ਕਰਦੇ ਆ ਏਜ ਗਰੁੱਪ ਮਿਨਿਮਮ ਜਿਹੜੀ ਏਜ ਤੁਹਾਡੀ ਹੋਣੀ ਚਾਹੀਦੀ ਆ ਉਹ ਕਿੰਨੀ ਹੋਣੀ ਚਾਹੀਦੀ ਆ ਮਿਨਿਮਮ ਮਿਨਿਮਮ ਏਜ ਤੁਹਾਡੀ ਹੋਣੀ ਚਾਹੀਦੀ ਆ ਜੀ 21 ਤੇ ਮੈਕਸਿਮਮ ਜਿਹੜੀ ਏਜ ਹੈਗੀ ਆ ਉਹ ਕਿੰਨੀ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ ਜੀ 37 ਕੈਟਾਗਰੀ ਵਾਲੇ ਜਿਹੜੇ ਸਟੂਡੈਂਟ ਹੈਗੇ ਨੇ ਜੀ ਉਹਨਾਂ ਨੂੰ 5 ਸਾਲ ਦੀ ਤੁਸੀਂ ਆਪ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ 5 ਸਾਲ ਦੀ ਰਿਲੈਕਸੇਸ਼ਨ ਮਿਲ ਸਕਦੀ ਆ ਇਸ ਕੰਡੀਸ਼ਨ ਦੇ ਉੱਤੇ ਕਿ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦੇ ਲਿਸਟ ਵਿੱਚ ਉਹਨਾਂ ਦੀ ਕਾਸਟ ਹੋਣੀ ਚਾਹੀਦੀ ਆ ਜੇਕਰ ਹੈਗੀ ਆ ਚੰਡੀਗੜ੍ਹ ਦੀ ਜਿਹੜੀ ਕਾਸਟ ਦੀ ਜਿਹੜੀ ਲਿਸਟ ਹੈਗੀ ਆ ਤੁਸੀਂ ਚੈੱਕ ਕਰ ਲਿਓ ਜੇਕਰ ਹੈਗੀ ਆ ਫਿਰ ਤੁਹਾਨੂੰ ਰਿਲੈਕਸੇਸ਼ਨ ਮਿਲੂਗੀ ਅਦਰਵਾਈਜ਼ ਕੋਈ ਰਿਲੈਕਸੇਸ਼ਨ ਇਸ ਦੇ ਮਾਮਲੇ ਵਿੱਚ ਨਹੀਂ ਮਿਲੂਗੀ ਇਹਦੀ ਗੱਲ ਆਪਾਂ ਕਰ ਲਈ ਤੇ ਜਿਹੜਾ ਤੁਹਾਡਾ ਮੀਡੀਅਮ ਹੋਊਗਾ ਜਿਹੜਾ ਇਹ ਪ੍ਰੀਖਿਆ ਤੁਸੀਂ ਦੇਣ ਜਾ ਰਹੇ ਹੋ ਇਹਦਾ ਹਿੰਦੀ ਤੇ ਅੰਗਰੇਜ਼ੀ ਹੋਊਗਾ ਆਬਵੀਅਸ ਇਹ ਗੱਲ ਆ ਕੁਝ ਸਬਜੈਕਟ ਦੇ ਵਿੱਚ ਤੁਹਾਨੂੰ ਜਿਹੜਾ ਮੀਡੀਅਮ ਹੈਗਾ ਉਹ ਵੀ ਸਿਰਫ ਇੰਗਲਿਸ਼ ਹੀ ਵੇਖਣ ਨੂੰ ਮਿਲੂਗਾ ਜਿਵੇਂ ਕਿ ਕੁਝ ਸਾਇੰਸ ਦੇ ਜਿਹੜੇ ਸਬਜੈਕਟ ਹੁੰਦੇ ਨੇ ਮੈਥ ਹੋ ਗਿਆ ਫਿਜ਼ਿਕਸ ਹੋ ਗਿਆ ਕੈਮਿਸਟਰੀ ਹੋ ਗਿਆ ਐਵੋਜੇ ਸਬਜੈਕਟ ਤਾਂ ਹਿੰਦੀ ਵਿੱਚ ਨਹੀਂ ਹੋਣਗੇ ਬਟ ਬਾਕੀ ਜਿਹੜੇ ਹੋਰ ਸਬਜੈਕਟ ਹੈ ਗਿਆ ਜੀ ਉਹ ਹਿੰਦੀ ਵਿੱਚ ਵੀ ਹੋਣਗੇ ਤੇ ਇੰਗਲਿਸ਼ ਵਿੱਚ ਵੀ ਹੋ ਸਕਦੇ ਆ ਜੋ ਤੁਹਾਡਾ ਦਿਲ ਕਰੇ ਜਿਵੇਂ ਮਰਜ਼ੀ ਤੁਸੀਂ ਆਨਲਾਈਨ ਫਾਰਮ ਭਰਦੇ ਟਾਈਮ ਟੇਕ ਕਰ ਸਕਦੇ ਹਾਂ ਤੇ ਇਹ ਇੱਕ ਆਪਾਂ ਗੱਲ ਕਰ ਰਹੇ ਸੀ ਕਿ ਏਜ ਦੀ ਏਜ ਮਿਨਿਮਮ 21 ਮੈਂ ਦੱਸਤਾ ਤੁਹਾਨੂੰ ਤੇ ਮੈਕਸਿਮਮ ਕਿੰਨੀ ਹੈਗੀ ਆ ਜੀ ਮੈਕਸਿਮਮ ਏਜ ਤੁਹਾਨੂੰ 37 ਸਾਲ ਇੱਥੇ ਵੇਖਣ ਨੂੰ ਮਿਲਦੀ ਆ ਤੇ ਮੈਨੂੰ ਲੱਗਦਾ ਵੀ ਮੈਂ ਸਾਰੀਆਂ ਗੱਲਾਂ ਤੁਹਾਨੂੰ ਐਕਸਪਲੇਨ ਕਰ ਦਿੱਤੀਆਂ ਤੇ ਇੱਕ ਹੋਰ ਜ਼ਰੂਰੀ ਗੱਲ ਇੱਕ ਕੰਪਿਊਟਰ ਦਾ ਜਿਹੜਾ ਸਰਟੀਫਿਕੇਟ ਹੈਗਾ ਆ ਮਤਲਬ ਗਵਰਨਮੈਂਟ ਇੰਸਟੀਚਿਊਟ ਤੋਂ ਰੈਕਗਨਾਈਜ਼ਡ ਹੁੰਦਾ ਆ ਉਹਦੇ ਵਿੱਚ ਵੀ ਉਹਨਾਂ ਨੇ ਕੁਝ ਐਲੀਜੀਬਿਲਟੀ ਕ੍ਰਾਈਟੇਰੀਆ ਸੈੱਟ ਕੀਤਾ ਹੁੰਦਾ ਕਿ ਐਨੇ ਟਾਈਮ ਦਾ ਤੁਹਾਡਾ ਜਿਹੜਾ ਕੰਪਿਊਟਰ ਦਾ ਜਿਹੜਾ ਸਰਟੀਫਿਕੇਟ ਹੈਗਾ ਆ ਉਹ ਹੋਣਾ ਅਪੁਆਇੰਟਮੈਂਟ ਲੈਟਰ ਤੋਂ ਬਣਨ ਤੋਂ ਪਹਿਲਾਂ ਪਹਿਲਾਂ ਦੀ ਗੱਲ ਆ 80 ਘੰਟਿਆਂ ਦਾ ਮਿਨਿਮਮ ਜਿਹੜਾ ਇੱਕ ਕੰਪਿਊਟਰ ਦਾ ਸਰਟੀਫਿਕੇਟ ਆ ਪ੍ਰਾਈਵੇਟ ਇੰਸਟੀਚਿਊਟ ਵੀ ਹੋ ਸਕਦਾ ਬਟ ਹੋ ਸਕਦਾ ਉਹ ਗਵਰਨਮੈਂਟ ਦੁਆਰਾ ਕਹਿ ਸਕਦੇ ਆ ਰਿਕੋਗਨਾਈਜ਼ਡ ਹੋਵੇ ਉਹਨਾਂ ਇੰਸਟੀਚਿਊਟ ਤੋਂ ਤੁਸੀਂ ਉਹ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਹੁਣ ਤੋਂ ਵੀ ਤੁਸੀਂ ਉਹਨਾਂ ਕੋਲ ਜਾ ਕੇ ਕਹਿ ਸਕਦੇ ਹੋ ਕਿ ਜੀ ਸਾਨੂੰ ਸਰਟੀਫਿਕੇਟ ਚਾਹੀਦਾ ਆ ਅਸੀਂ ਇਸ ਫਾਰਮ ਨੂੰ ਫਿਲ ਕਰਨਾ ਆ ਤੇ ਫਾਰਮ ਫਿਲ ਕਰਦੇ ਟਾਈਮ ਦਾ ਤੁਸੀਂ ਕੰਪਿਊਟਰ ਸਰਟੀਫਿਕੇਟ ਦੀ ਜਾਣਕਾਰੀ ਨਾ ਵੀ ਭਰੋ ਫਿਰ ਵੀ ਫਾਰਮ ਫਿਲ ਕੀਤਾ ਜਾਣਾ ਆ ਬਟ ਮੰਨ ਲਓ ਰੱਬ ਕਰੇ ਬਿਲਕੁਲ ਮੈਂ ਕਹਿ ਰਿਹਾ ਕਿ ਰੱਬ ਕਰੇ ਤੁਹਾਡਾ ਪੇਪਰ ਕਲੀਅਰ ਹੋਵੇ ਪੇਪਰ ਕਲੀਅਰ ਹੋਣ ਤੋਂ ਬਾਅਦ ਤੁਹਾਡੀ ਸਕਰੂਟੀ ਹੋਊਗੀ ਉਸ ਟਾਈਮ ਜੇਕਰ ਤੁਹਾਡੇ ਕੋਲ ਕੰਪਿਊਟਰ ਦਾ ਸਰਟੀਫਿਕੇਟ ਹੋਇਆ ਫਿਰ ਤੁਹਾਨੂੰ ਅਪਾਇੰਟ ਕਰ ਲਿਆ ਜਾਵੇਗਾ ਜੇਕਰ ਕੰਪਿਊਟਰ ਦਾ ਸਰਟੀਫਿਕੇਟ ਨਾ ਹੋਇਆ ਫਿਰ ਤੁਹਾਨੂੰ ਥੋੜੀ ਬਹੁਤ ਦਿੱਕਤ ਹੈਗੀ ਆ ਉਹ ਆ ਸਕਦੀ ਆ ਸੋ ਕੰਪਿਊਟਰ ਸਰਟੀਫਿਕੇਟ ਦਾ ਤੁਸੀਂ ਧਿਆਨ ਰੱਖਣਾ ਆ ਕਿ ਕੰਪਿਊਟਰ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਇਹ ਗੱਲ ਤੁਸੀਂ ਸਮਝ ਗਏ ਹੋਣੇ ਆ ਕੰਪਿਊਟਰ ਸਰਟੀਫਿਕੇਟ ਤੇ ਕੰਪਿਊਟਰ ਸਰਟੀਫਿਕੇਟ ਦੀ ਆਪਾਂ ਗੱਲ ਕਰ ਲਈ ਆ ਬਾਕੀ ਕੁਆਲਿਫਿਕੇਸ਼ਨਸ ਦੀ ਗੱਲ ਕਰ ਲਈ ਆ ਹੁਣ ਜ਼ਰੂਰੀ ਗੱਲ ਫੀਸ ਦੀ ਕਿ ਫੀਸ ਕਿੰਨੀ ਹੋਊਗੀ ਸਰ ਫੀਸ ਦੀ ਜੇ ਆਪਾਂ ਗੱਲ ਕਰੀਏ ਤੇ ਫੀਸ ਜਿਹੜੀ ਹੋਊਗੀ ਜਨਰਲ ਕੈਟਾਗਰੀ ਵਾਲੇ OBC BC ਕੈਟਾਗਰੀ ਵਾਲੇ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਦੀ ਫੀਸ ਜਿਹੜੀ ਹੋਊਗੀ ਉਹ ਕਿੰਨੀ ਹੋਊਗੀ ਉਹ ਹੋਣੀ ਆ ਜੀ 1000 ਰੁਪਏ ਤੇ ਬਾਕੀ ਜਿਹੜੇ SC ST ਕੈਟਾਗਰੀ ਤੋਂ ਸੰਬੰਧ ਰੱਖਦੇ ਸਟੂਡੈਂਟ ਹੈਗੇ ਆ ਜੀ ਉਹਨਾਂ ਦੀ ਫੀਸ ਕਿੰਨੀ ਹੋਊਗੀ ਉਹਨਾਂ ਦੀ ਫੀਸ ਹੋਣੀ ਆ 500 ਰੁਪਏ ਤੁਸੀਂ ਚਾਹੋ ਤਾਂ ਮੇਰੇ ਤੋਂ ਵੀ ਇਹ ਫਾਰਮ ਫਿਲ ਕਰਵਾ ਸਕਦੇ ਹੋ ਬਸ ਤੁਹਾਨੂੰ ਆਪਦੇ ਡਾਕੂਮੈਂਟ ਸ਼ੇਅਰ ਕਰਨੇ ਪੈਣਗੇ ਤੇ ਇੱਕ ਜੈਨੂਇਨ ਦੀ ਜਿਹੜੀ ਫੀਸ ਹੈਗੀ ਆ ਛੋਟੀ ਜੀ ਉਹ ਵੀ ਤੁਹਾਨੂੰ ਪੇ ਕਰਨੀ ਪੈਣੀ ਆ ਜੇ ਮੇਰੇ ਤੋਂ ਫਾਰਮ ਫਿਲ ਕਰਵਾਉਣਾ ਆ ਅਦਰਵਾਇਜ਼ ਮੈਂ ਤੁਹਾਨੂੰ ਸਾਰੀਆਂ ਗੱਲਾਂ ਡਿਟੇਲ ਵਿੱਚ ਦੱਸ ਦਿੱਤੀਆਂ ਆ ਤੁਸੀਂ ਆਪ ਵੀ ਫਾਰਮ ਫਿਲ ਕਰ ਸਕਦੇ ਹੋ ਤੇ ਲਾਸਟ ਡੇਟ ਬਾਰੇ ਵੀ ਦੱਸਤਾ ਆ ਫਾਰਮ ਫਿਲ ਕਦੋਂ ਹੋਣਗੇ ਇਹਦੇ ਬਾਰੇ ਵੀ ਦੱਸਤਾ ਆ ਤੇ ਇੱਕ ਵੀ ਗੱਲ ਮੈਨੂੰ ਨਹੀਂ ਲੱਗਦਾ ਕੋਈ ਛੱਡੀ ਹੋਊਗੀ ਜਿਨ੍ਹਾਂ ਸਾਥੀਆਂ ਨੇ ਲਾਸਟ ਤੱਕ ਵੀਡੀਓ ਵੇਖੀ ਆ ਉਹਨਾਂ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਇਸ ਜੋ ਕੁਝ ਵੀ ਮੈਂ ਤੁਹਾਨੂੰ ਦੱਸਿਆ ਆ ਇਹਦੀ ਜਿਹੜੀ ਪੀਡੀਐਫ ਹੈਗੀ ਅਸੀਂ ਆਪਣੇ ਟੈਲੀਗ੍ਰam ਚੈਨਲ ਤੇ ਭੇਜ ਦਿੱਤੀ ਜਾਊਗੀ ਕੋਈ ਹੋਰ ਜਾਣਕਾਰੀ ਤੁਹਾਨੂੰ ਨਾ ਸਮਝ ਲੱਗੀ ਹੋਵੇ ਤੁਸੀਂ ਉਹਦੇ ਬਾਰੇ ਕਮੈਂਟ ਕਰਕੇ ਪੁੱਛ ਸਕਦੇ ਹੋ ਕੋਸ਼ਿਸ਼ ਕੀਤੀ ਜਾਊਗੀ ਕਿ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈਗਾ ਜੀ ਉਹ ਮੈਂ ਦਵਾਂ ਸੋ ਥੈਂਕ ਯੂ so much for watching at last ਜਿਹਨਾਂ ਸਾਥੀਆਂ ਨੇ ਵੀਡੀਓ ਲਾਸਟ ਤੱਕ ਵੇਖੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਇਸ ਵੀਡੀਓ ਨੂੰ ਆਪਦੇ ਦੋਸਤਾਂ ਤੱਕ ਵੀ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਜ਼ਰੂਰਤਮੰਦ ਸਟੂਡੈਂਟ ਨੇ ਜੀ ਉਹਨਾਂ ਕੋਲ ਫ੍ਰੀ ਦੇ ਵਿੱਚ ਇਨਫੋਰਮੇਸ਼ਨ ਟਾਈਮ ਟੂ ਟਾਈਮ ਅਪ ਟੂ ਅਪ ਟੂ ਡੇਟ ਰਹਿਣ ਇਹਨਾਂ ਚੀਜ਼ਾਂ ਦੇ ਮੁਕਾਬਲਿਆਂ ਦੇ ਵਿੱਚ ਸੋ ਪਲੀਜ਼ ਸ਼ੇਅਰ ਜ਼ਰੂਰ ਕਰਿਓ ਐਂਡ ਇਸੇ ਤਰ੍ਹਾਂ ਹੀ ਆਪ ਦਾ ਜਿਹੜਾ ਪਿਆਰ ਹੈਗਾ ਜੀ ਕਮੈਂਟ ਸੈਕਸ਼ਨ ਵਿੱਚ ਬਣਾਈ ਰੱਖਿਓ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all